ਨੋਮਬਰ 30 ਦੀਆਂ ਟਰੇਡਸ ਕਿੱਦਾਂ ਗਈਆਂ ਕਿੰਨੀਆਂ ਆਪਾਂ ਟਰੇਡ ਕੀਤੀਆਂ ਕਿੰਨੀਆਂ ਗ੍ਰੀਨ ਹੋਈਆਂ ਕਿੰਨੀਆਂ ਰੈੱਡ ਉਹਦੀ ਗੱਲਬਾਤ ਕਰਦੇ ਹਾਂ ਸੋ ਹੋਰ ਵੀ ਕਾਫੀ ਮੈਸੇਜ ਨੇ ਵਿੱਚ ਇਸ ਵੀਡੀਓ ਦੇ ਵਿੱਚ ਦੇਖ ਕੇ ਜਾਇਓ ਤੇ ਲਾਸਟ ਦੇ ਉੱਪਰ ਇੱਕ ਬਹੁਤ ਵਧੀਆ ਮੈਸੇਜ ਆ ਉਹਨੂੰ ਵੀ ਜ਼ਰੂਰ ਰੀਡ ਕਰਕੇ ਜਾਇਓ ਅੱਜ ਆਪਣੀ ਪਹਿਲੀ ਟਰੇਡ ਸੀ QQQ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਆਪਾਂ ਆਪਸ਼ਨ ਟਰੇਡ ਕਰਦੇ ਹਾਂ ਜੇ ਨਹੀਂ ਪਤਾ ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਆਪਾਂ ਆਪਸ਼ਨਸ ਟਰੇਡ ਕਰਦੇ ਹਾਂ ਸੋ ਪਹਿਲਾਂ ਆਪਾਂ Triple Q ਦੀ Nasdaq 100 ਦੀ ਕਾਲ ਆਪਸ਼ਨ ਦੇ ਵਿੱਚ ਗਏ ਸੀ ਸੋ ਇੱਥੋਂ ਆਪਾਂ ਐਂਟਰ ਹੋਏ ਸੀ ਉੱਪਰ ਨੂੰ ਕਾਲ ਦੇ ਪ੍ਰੋਫਿਟ ਕੱਢਿਆ ਤੇ ਬਾਹਰ ਆ ਗਈ ਸੀ। ਸੈਕੰਡ ਟਰੇਡ ਸੀ ਆਪਣੀ ਕॉइन ਬੇਸ ਦੇ ਵਿੱਚ। ਇਹ ਵਾਲੀ ਟਰੇਡ ਤੁਹਾਨੂੰ ਮੈਂ ਇੰਸਟਾਗ੍ਰam ਦੀ ਸਟੋਰੀ ਤੇ ਵੀ ਅਪਲੋਡ ਕੀਤੀ ਸੀ, ਟੈਲੀਗ੍ਰam ਦੇ ਗਰੁੱਪ ਦੇ ਵਿੱਚ ਵੀ ਅਪਲੋਡ ਕੀਤੀ ਸੀ। ਤੇ ਤੀਸਰਾ ਜੇ ਤੁਸੀਂ ਲਾਈਵ ਟਰੇਡਿੰਗ ਤੇ ਜਾਂ ਤਾਂ ਉੱਥੇ ਤੇ ਮੈਂ ਤੁਹਾਨੂੰ ਦੱਸਿਆ ਹੀ ਸੀ। ਸੋ ਇਸ ਲਈ ਜੇ ਤੁਸੀਂ ਲਾਈਵ ਟਰੇਡਿੰਗ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰਕੇ ਤੇ ਤੁਸੀਂ ਇਦਾਂ ਸਾਰੀਆਂ ਟਰੇਡਾਂ ਆਪਣੀਆਂ ਕਾਪੀ ਕਰ ਸਕਦੇ ਹੋ। ਸੋ ਕॉइन ਬੇਸ ਦੀ ਪੁੱਟ ਸੀ ਤੁਸੀਂ ਦੇਖਿਆ ਹੀ ਹੋਣਾ। ਸੋ ਕॉइन ਬੇਸ ਕਾਫੀ ਵਧੀਆ ਡਿੱਗਾ। ਸੋ ਇਹਦੀ ਪੁੱਟ ਦੇ ਵਿੱਚ ਆਪਾਂ ਪ੍ਰੋਫਿਟ ਬਣਾ ਕੇ ਤੇ ਅੱਜ ਬਾਹਰ ਆਏ ਸੀ। ਥਰਡ ਟਰੇਡ ਜਿਹੜੀ ਅੱਜ ਲਾਸਟ ਟਰੇਡ ਸੀ ਆਪਣੀ ਉਹ ਅਗੇਨ ਕਯੂਕਯੂ ਦੇ ਵਿੱਚ ਸੀ ਤੇ ਉਹ ਬਹੁਤ ਫੇਰ ਅਗੇਨ ਸਿੰਪਲ ਏਰੀਆ ਸੀ ਜਿੱਥੋਂ ਆਪਾਂ ਕਾਲ ਦੇ ਵਿੱਚ ਐਂਟਰ ਹੋਏ ਆ ਤੇ ਕਾਲ ਦੇ ਵਿੱਚ ਐਂਟਰ ਹੋ ਕੇ ਤੇ ਆਪਾਂ ਪ੍ਰੋਫਿਟ ਬਣਾ ਕੇ ਬਾਹਰ ਆਏ ਸੀ ਇਥੋਂ ਵਾਰ-ਵਾਰ ਸੇਮ ਏਰੀਆ ਤੋਂ ਡਾਇਰੈਕਸ਼ਨ ਚੇਂਜ ਕਰ ਰਿਆ ਸੀ ਸੋ ਆਪਾਂ ਇਸ ਜਗ੍ਹਾ ਤੋਂ ਐਂਟਰ ਹੋ ਕੇ ਤੇ ਪ੍ਰੋਫਿਟ ਬਣਾ ਕੇ ਤੇ ਬਾਹਰ ਆਏ ਸੀ ਸੋ ਤਿੰਨ ਟਰੇਡਾਂ ਤੇ ਤਿੰਨੇ ਆਪਣੀਆਂ ਗ੍ਰੀਨ ਦੇ ਵਿੱਚ ਸੀ ਸੋ ਸੋ ਫਾਰ ਇਸ ਵੀਕ ਦੇ ਵਿੱਚ ਆਪਾਂ ਕੀਤੀਆਂ ਜੀ 13 ਟਰੇਡਾਂ 13 ਦੇ ਵਿੱਚੋਂ ਆਪਣੀਆਂ 12 ਗ੍ਰੀਨ ਦੇ ਵਿੱਚ ਇੱਕ ਟਰੈਡ ਦੇ ਵਿੱਚ ਜਾਨਕੀ ਆਪਣੀ ਵਿਨਿੰਗ ਪਰਸੈਂਟੇਜ ਜਿਹੜੀ ਆ ਇਟਸ ਓਵਰ 90% ਤੁਹਾਡੀ ਵਿਨਿੰਗ ਪਰਸੈਂਟੇਜ ਕਿੰਨੀ ਆ ਉਹ ਤੁਸੀਂ ਜ਼ਰੂਰ ਕੈਲਕੂਲੇਟ ਕਰਨੀ ਆ ਤੇ ਇਹਦੇ ਬਾਰੇ ਮੈਂ ਇੱਕ ਸੈਪਰੇਟ ਵੀਡੀਓ ਪਾਉਂਗਾ ਥੋੜੀ ਜੀ ਸਾਰੀ ਗੱਲਬਾਤ ਤੇ ਤੇ ਬਾਕੀ ਐਂਡ ਵਾਲਾ ਜਿਹੜਾ ਮੈਸੇਜ ਆ ਇਹ ਜ਼ਰੂਰ ਦੇਖ ਕੇ ਜਾਓ